ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਬਹੁਤ ਹੀ ਅਜੀਮ ਸ਼ਖਸੀਅਤ ਪ੍ਰਧਾਨ ਸਾਹਿਬ ਮਾਣਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਕਿਆਮਪੁਰ ਜੀ, ਜਨਰਲ ਸਕੱਤਰ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਵਾਈਸ ਚਾਂਸਲਰ ਸਾਹਿਬ, ਸਕੱਤਰ ਸਾਹਿਬ, ਅਤੇ ਇਸ ਸੈਮੀਨਾਰ ਵਿੱਚ ਮੇਰੇ ਸਾਹਮਣੇ ਬੈਠੇ ਬਹੁਤ ਹੀ ਵਿਦਵਾਨ ਗੁਰਮੁਖ ਪਿਆਰੇ ਵੱਖ ਵੱਖ ਕਾਲਜਾਂ ਦੇ ਅਧਿਆਪਕ ਸਾਹਿਬਾਨ ਅਤੇ ਬਹੁਤ ਹੀ ਪਿਆਰੇ ਵਿਦਿਆਰਥੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਅਤੇ ਪਰਉਪਕਾਰਾਂ ਦੇ ਉੱਤੇ ਆਧਾਰਿਤ ਹੈ। ਸਵੇਰ ਦੇ ਕੁੰਜੀਵਤ ਭਾਸ਼ਣ ਵਿੱਚ ਡਾਕਟਰ ਰੂਪ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ ਬਾਰੇ ਬਹੁਤ ਸੋਹਣੇ ਹਵਾਲੇ ਦੇ ਕੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹਵਾਲੇ ਦੇ ਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ ਬਾਰੇ ਬਹੁਤ ਵਿਧਵਤ ਜਿਹੜਾ ਹੈਗਾ ਉਹ ਉਹਨਾਂ ਨੇ ਭਾਸ਼ਣ ਦਿੱਤਾ। ਮੇਰਾ ਬੋਲਣ ਦਾ ਵਿਸ਼ਾ ਹੈ ਬ੍ਰਹਿਮੰਡੀ ਸੰਦੇਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਜੀ ਦਾ ਸੰਕਲਪ। ਗੁਰੂ ਨਾਨਕ ਦੇਵ ਜੀ ਦਾ ਪਰਉਪਕਾਰ ਵਿਸ਼ਾ ਵੀ ਇਹਦਾ ਇੱਕ ਹਿੱਸਾ ਹੈ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਭ ਤੋਂ ਵੱਡਾ ਪਰਉਪਕਾਰ ਕੀਤਾ ਸਾਡੇ ਉੱਪਰ, ਉਹ ਹੈ ਸਾਨੂੰ ਗੁਰ ਸ਼ਬਦ ਦਿੱਤਾ, ਜਿਹੜਾ ਤੁਰਦਰਗਾਹੋਂ ਪੈਦਾ ਹੋਇਆ, ਬ੍ਰਹਿਮੰਡ ਵਿੱਚੋਂ ਪੈਦਾ ਹੋਇਆ, ਅਤੇ ਉਸ ਸ਼ਬਦ ਜਿੱਥੋਂ ਉਹ ਪੈਦਾ ਹੋਇਆ ਉਸ ਵਿੱਚ ਅਭੇਦ ਹੋਣ ਵਾਸਤੇ ਸਾਨੂੰ ਸੰਦੇਸ਼ ਦਿੱਤਾ, ਅਤੇ ਉਹ ਸੰਦੇਸ਼ ਸਾਰੀ ਮਾਨਵਤਾ ਦਾ ਸੰਦੇਸ਼ ਹੋ ਕੇ ਨਿਬੜਿਆ। ਉਹ ਸੰਦੇਸ਼ ਸੰਵਾਦ ਦੇ ਨਾਲ ਉਸ ਅਕਾਲ ਪੁਰਖ ਦੇ ਵਿੱਚ ਅਭੇਦ ਹੋਣ ਦਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਿਮੰਡੀ ਗਿਆਨ, ਅਕਾਲ ਪੁਰਖ ਦੀ ਜੋਤ, ਅਲਾਹੀ ਫਰਮਾਨ ਬ੍ਰਹਿਮੰਡ ਵਿੱਚੋਂ ਪੈਦਾ ਹੋਇਆ ਅਤੇ ਉਸ ਧੰਨ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਇਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ। ਇਹ ਅਕਾਲ ਪੁਰਖ ਦਾ ਸੰਦੇਸ਼ ਇੱਕ ਬ੍ਰਹਿਮੰਡ ਵਾਸਤੇ ਨਹੀਂ ਸੀ, ਕਿਉਂਕਿ ਬ੍ਰਹਿਮੰਡ ਇੱਕ ਨਹੀਂ ਹੈ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਸੁੱਖਾਂ ਕਾ ਦਾਤਾ ਰੇ। ਜਿੰਨੇ ਕਰੋੜਾਂ ਬ੍ਰਹਿਮੰਡਾਂ ਦੇ ਵਾਸਤੇ ਇਹ ਇੱਕ ਸਾਂਝਾ ਸੰਦੇਸ਼ ਤੁਰਦਰਗਾਹੋਂ ਹੀ ਪੈਦਾ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਰਸਨਾ ਦੇ ਵਿੱਚੋਂ ਉਚਾਰਨ ਹੋਇਆ। ਗੁਰ ਸ਼ਬਦ ਬ੍ਰਹਿਮੰਡ ਦੇ ਵਰਤਾਰੇ ਦਾ, ਬ੍ਰਹਿਮੰਡ ਦੇ ਪੈਦਾ ਹੋਣ ਦਾ ਵੀ ਪ੍ਰਮਾਣ ਦਿੰਦਾ ਹੈ, ਜਦੋਂ ਇਹ ਕਿਹਾ ਜਾਂਦਾ ਹੈ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਪਵਨ ਆਰੰਭ ਸਤਿਗੁਰਮਤ ਵੇਲਾ, ਪਵਨ ਦੇ ਨਾਲ ਇਹ ਬ੍ਰਹਿਮੰਡ ਦਾ ਆਰੰਭ ਹੁੰਦਾ ਹੈ, ਹਵਾ ਦੇ ਨਾਲ, ਪਵਨ ਦੇ ਨਾਲ ਇਹ ਬ੍ਰਹਿਮੰਡ ਦਾ ਆਰੰਭ ਹੁੰਦਾ ਹੈ, ਅਤੇ ਜਦੋਂ ਸਤਿਗੁਰ ਦੀ ਮੱਤ ਉਸ ਪਵਨ ਆਰੰਭ ਦੇ ਨਾਲ, ਉਹ ਵੇਲਾ ਸਤਿਗੁਰ ਦੀ ਮੱਤ ਦਾ ਵੇਲਾ, ਅਤੇ ਉਦੋਂ ਫਿਰ ਸ਼ਬਦ ਸੁਰਤ ਸ਼ਬਦ ਗੁਰੂ ਧੁਨ ਉਪ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਵਨ ਆਰੰਭ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸੁਰਤੀ ਦੇ ਨਾਲ ਉਸ ਬ੍ਰਹਿਮੰਡ ਦੇ ਵਿੱਚ ਅਭੇਦ ਹੋਣਾ, ਇਹ ਗੁਰੂ ਨਾਨਕ ਦੇਵ ਜੀ ਦਾ ਬ੍ਰਹਿਮੰਡ ਤੋਂ ਪ੍ਰਾਪਤ ਹੋਇਆ ਸੰਦੇਸ਼ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਆਪ ਲਿਖਦੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਅਕਾਲ ਪੁਰਖ ਦਾ ਇਲਾਹੀ ਫਰਮਾਨ, ਅਕਾਲ ਪੁਰਖ ਦਾ ਇਲਾਹੀ ਫਰਮਾਨ ਉਸ ਬ੍ਰਹਿਮੰਡ ਦੇ ਸਾਰੀ ਮਾਨਵਤਾ ਨੂੰ, ਸਾਰੀ ਮਾਨਵਤਾ ਦੇ ਭਲੇ ਵਾਸਤੇ ਉਹ ਅਕਾਲ ਪੁਰਖ ਦਾ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਾਡੇ 'ਤੇ ਬਹੁਤ ਵੱਡਾ ਪਰਉਪਕਾਰ ਹੋਇਆ, ਅਤੇ ਉਹ ਸ਼ਬਦ ਗੁਰੂ ਜਿਹਦੇ ਇੱਕ ਓਂਕਾਰ ਸਤਨਾਮ ਤੋਂ ਸ਼ੁਰੂ ਹੋ ਕੇ ਖਸਟ ਰਾਗਯੁਨ ਗਾਏ ਸੰਗ ਰਾਗਨੀ ਤੀਸ ਸਭੇ ਪੁੱਤਰ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ 1430 ਅੰਗ, ਛੇ ਗੁਰੂ ਸਾਹਿਬਾਨ, 15 ਭਗਤ, 11 ਭੱਟ, 4 ਗੁਰਸਿੱਖ, ਜਿਨ੍ਹਾਂ ਨੇ ਇਸ ਸ਼ਬਦ ਗੁਰੂ ਨੂੰ
ਆਪਣੀ ਸਾਰੀ ਜਿਹੜੀ ਇਲਾਹੀ ਫਰਮਾਨ ਸੀ ਉਸ ਦੇ ਵਿੱਚ ਉਸ ਸ਼ਬਦ ਦੀ ਪ੍ਰੋੜਤਾ ਕਰਦਿਆਂ ਕਿ ਉਸ ਬ੍ਰਹਿਮੰਡ ਦੇ ਵਿੱਚ ਅਭੇਦ ਕਿਵੇਂ ਹੋਣਾ ਹੈ, ਉਸ ਬ੍ਰਹਿਮੰਡ ਦੀ ਸਿਰਜਣਾ ਤੋਂ ਲੈ ਕੇ ਉਸ ਬ੍ਰਹਿਮੰਡ ਵਿੱਚ ਅਭੇਦ ਹੋਣ ਦਾ ਸਾਰਾ ਸੰਦੇਸ਼ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਅਗਲੇ ਪੰਜ ਗੁਰੂ ਸਾਹਿਬਾਨਾਂ ਨੇ ਉਸ ਦੀ ਪ੍ਰੋੜਤਾ ਕੀਤੀ, ਭਗਤਾਂ ਨੇ, ਭੱਟਾਂ ਨੇ, ਗੁਰਸਿੱਖਾਂ ਨੇ ਉਹਨੂੰ ਸਪਲੀਮੈਂਟ ਕੀਤਾ ਅਤੇ ਉਹ ਸ਼ਬਦ ਗੁਰੂ ਦਾ ਰੂਪ ਬਣ ਗਿਆ। ਸ਼ਬਦ ਗੁਰੂ ਦਾ ਸਭ ਤੋਂ ਵੱਡਾ ਪਰਉਪਕਾਰ ਸਾਡੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਹਮਣੇ ਹਨ ਅਤੇ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਅਸੀਂ ਜਦੋਂ ਇਹ ਪੜ੍ਹਦੇ ਹਾਂ, ਜਦੋਂ ਉਸ ਸ਼ਬਦ ਨਾਲ ਜੁੜਦੇ ਹਾਂ ਅਤੇ ਉਸ ਬ੍ਰਹਿਮੰਡ ਦੇ ਵਿੱਚ ਅਭੇਦ ਹੋਣ, ਉਸ ਵਾਹਿਗੁਰੂ ਨਿਰੰਕਾਰ ਦੇ ਵਿੱਚ ਅਭੇਦ ਹੋਣ ਦਾ ਮਾਰਗ ਵੀ ਸਾਨੂੰ ਸਹਿਜੇ ਹੀ ਮਿਲ ਜਾਂਦਾ। ਦੂਸਰਾ ਜਿਹੜਾ ਪਰਉਪਕਾਰ ਵੱਡਾ ਹੈ ਉਹ ਹੈ ਸੰਵਾਦ ਦਾ, ਸ਼ਬਦ ਨਾਲ ਸੰਵਾਦ ਕੀਤਾ ਜਾਣਾ। ਅੱਜ ਕੱਲ੍ਹ ਬਦਕਿਸਮਤੀ ਨਾਲ ਵਿਵਾਦ ਹੋ ਰਹੇ ਹਨ, ਸੰਵਾਦ ਘੱਟ ਹੋ ਰਹੇ ਹਨ। ਸੰਵਾਦ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਕੋਲ ਲੌਜਿਕ ਹੁੰਦਾ ਹੈ ਅਤੇ ਤੁਸੀਂ ਆਪਣੇ ਲੌਜਿਕ ਦੇ ਨਾਲ ਆਪਣੀ ਗੱਲ ਦੂਸਰੇ ਨੂੰ ਕਹਿੰਦੇ ਹੋ ਅਤੇ ਉਸ ਲੌਜਿਕ ਦੇ ਨਾਲ। ਡਾਕਟਰ ਰੂਪ ਸਿੰਘ ਜੀ ਗੱਲ ਕਰ ਰਹੇ ਸੀ ਕਿ ਜਨੇਊ ਪਹਿਨਣ ਤੋਂ ਇਨਕਾਰ ਨਹੀਂ ਕੀਤਾ, ਸਗੋਂ ਇਹ ਕਿਹਾ ਕਿ ਇਹੋ ਜਿਹਾ ਹੈਗਾ ਤਾਂ ਦੇ ਦੇ, ਤੇਰੇ ਕੋਲ ਜਿਹੜਾ ਹੈ ਚੌਕੜ ਮੋਲਣ ਆਇਆ, ਬਹਿ ਚੌਕੇ ਪਾਇਆ, ਸਿੱਖਾ ਕੰਨ ਚੜ੍ਹਾਈਆ, ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ, ਵੇਤੱਗਾ ਗਿਆ। ਇਹ ਵਾਲਾ ਨਹੀਂ ਮੈਂ ਪਾਉਣਾ, ਜੇ ਦਇਆ ਕਪਾਹ ਸੰਤੋਖ ਸੂਤ ਵਾਲਾ ਹੈ ਤਾਂ ਉਹ ਮੈਂ ਪਾ ਲਵਾਂਗਾ। ਮੈਂ ਸਿਰਫ ਦੋ ਹਵਾਲੇ ਜਪਜੀ ਸਾਹਿਬ ਦੇ ਹਵਾਲੇ ਵਿੱਚ ਦੇਣੇ ਹਨ, ਜਿਹਦੇ ਵਿੱਚ ਵਾਹਿਗੁਰੂ ਨੂੰ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਸ਼ਬਦ ਹੈ, ਜਿਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੁਨੀਆ ਦਾ ਕੋਈ ਅਜਿਹਾ ਗ੍ਰੰਥ ਨਹੀਂ ਹੈ ਜਿਹਦੇ ਵਿੱਚ ਇਹ ਦੱਸਿਆ ਹੋਵੇ ਕਿ ਨਿਰੰਕਾਰ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਵੱਸਦਾ ਕਿੱਥੇ ਹੈ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਉਹਦੇ 'ਤੇ ਜਦੋਂ ਲਾਸਟ ਆਪਾਂ ਜਾਂਦੇ ਹਾਂ ਸਲੋਕ ਤੋਂ ਪਹਿਲਾਂ, ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇ ਤਿਵ ਕਾਰ। ਸੱਚ ਖੰਡ ਦੇ ਵਿੱਚ ਨਿਰੰਕਾਰ ਦਾ ਵਾਸਾ ਹੈ ਅਤੇ ਇਹ ਬ੍ਰਹਿਮੰਡ ਤੋਂ ਜਿਹੜਾ ਸੰਦੇਸ਼ ਉਤਪੰਨ ਹੋਇਆ ਉਹਦੇ ਵਿੱਚ ਅਭੇਦ ਹੋਣ ਦਾ ਉਹਦਾ ਰਸਤਾ ਵੀ ਨਾਲ ਦੱਸ ਦਿੱਤਾ, ਉਹਦਾ ਰਸਤਾ ਦੱਸ ਦਿੱਤਾ। ਇੱਕ ਦੂਜੀ ਬੋ ਲੱਖ ਹੋ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆ ਚੜੀਏ ਹੋਏ 21। ਮਨੁੱਖੀ ਸਰੀਰ 20 ਤੱਤਾਂ ਦਾ ਬਣਿਆ ਹੋਇਆ ਹੈ। ਪੰਜ ਤੱਤ ਸੇ ਤੰਦ ਰਚਿਓ ਜਾਨੋ ਚਤੁਰ ਸੁਝਾਨ, ਪੰਜ ਤੱਤ ਹਵਾ ਪਾਣੀ ਅਗਨੀ ਆਕਾਸ਼ ਧਰਤੀ ਅਤੇ ਉਸ ਦੇ ਪੰਜ ਦੇ ਨਾਲ ਪੰਜ ਸੂਖਮ, ਪੰਜ ਅਤੇ ਪੰਜ 10, ਪੰਜ ਗਿਆਨ ਇੰਦਰੀਆਂ ਅਤੇ ਪੰਜ ਉਹਨਾਂ ਦੇ ਸੂਖਮ ਹਿੱਸੇ, ਪੰਜ ਅਤੇ ਪੰਜ 10, 10 ਅਤੇ 10 20। ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਕੋਲ 20 ਤੱਤ ਵੀ ਨਹੀਂ ਹੁੰਦੇ ਅਤੇ ਉਸ 20 ਤੱਤ ਦੇ ਵਿੱਚ ਜੇਕਰ ਇਣਕਾ ਵੀ ਕਿਣਕਾ ਵੀ ਇੱਕ ਜਮ੍ਹਾਂ ਹੋ ਜਾਵੇ, 21 ਤੱਕ ਪਹੁੰਚਣਾ ਹੈ, ਨਿਰੰਕਾਰ ਦੇ ਘਰ ਤੱਕ ਪਹੁੰਚਣਾ ਹੈ, ਅਭੇਦ ਹੋਣਾ ਹੈ ਅਤੇ 20 ਤੋਂ 21 ਤੱਕ ਜੇ ਹੋਣਾ ਅਤੇ 20 ਤੋਂ 21 ਤੱਕ ਦੇ ਵਿੱਚ ਜੇ ਕਿਣਕਾ ਵੀ ਇੱਕ ਜੀਤ ਵਿੱਚ ਵੱਸ ਜਾਵੇ, ਕਿਣਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਜਾ। ਇੱਕ ਕਿਣਕਾ ਵੀ ਜੇ ਉਹਦੇ ਵਿੱਚ ਵੱਸ ਗਿਆ ਅਤੇ ਉਸ ਦੀ ਮਹਿਮਾ ਵੀ ਨਹੀਂ ਗਣੀ ਜਾਂਦੀ ਅਤੇ ਜਿਹੜਾ 21 ਹੋ ਜਾਂਦਾ, 21 ਜਦੋਂ ਬੰਦਾ ਹੋਵੇਗਾ ਉਦੋਂ ਉਹਨੂੰ ਪਤਾ ਲੱਗ ਜਾਵੇਗਾ, ਉਹ ਅਭੇਦ ਹੋ ਜਾਵੇਗਾ, ਉਹ ਨਿਰੰਕਾਰ ਦਾ ਹਿੱਸਾ ਬਣ ਜਾਵੇਗਾ, ਨਿਰੰਕਾਰ ਦਾ ਰੂਪ ਬਣ ਜਾਵੇਗਾ। ਬ੍ਰਹਿਮੰਡੀ ਸੰਦੇਸ਼ ਨਿਰੰਕਾਰ ਤੋਂ ਉਪਜਿਆ, ਨਿਰੰਕਾਰ ਵਿੱਚ ਅਭੇਦ ਹੋਣ ਦਾ ਸੰਦੇਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਬਹੁਤ ਵੱਡਾ ਪਰਉਪਕਾਰ ਹੈ ਸਾਡੇ ਉੱਪਰ। ਉਹ 21 ਹੋਣ ਦਾ ਤਰੀਕਾ ਸਿਰਫ ਫਿਰ ਸਿਰਫ ਗੁਰੂ ਗੁਰਬਾਣੀ ਦੇ ਵਿੱਚ ਸ਼ਬਦ ਗੁਰੂ ਤੋਂ ਆਉਂਦਾ ਹੈ, ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਗੜ ਨਬੇਰਾ। ਅੰਦਰ ਦੀ ਜੋਤ ਜਗਦੀ ਕਿਵੇਂ ਹੈ? ਅੰਤਰ ਜੋਤ ਸ਼ਬਦ ਧੁਨ ਜਾਗੇ, ਉਹ ਸ਼ਬਦ ਦੇ ਨਾਲ ਜਗਦੀ ਆ ਅਤੇ ਸਤਿਗੁਰ ਝਗੜ ਨਬੇਰੇ। ਸੋ ਸ਼ਬਦ ਦੇ ਨਾਲ ਅਸੀਂ ਇੱਕ ਕਿਣਕਾ ਵੀ ਜੇ ਵੱਸ ਜਾਵੇ ਉਹ ਸ਼ਬਦ ਦਾ ਅਤੇ ਉਹਦੀ ਮਹਿਮਾ ਵੀ ਨਹੀਂ ਗਣੀ ਜਾਂਦੀ ਅਤੇ ਜਿਹੜਾ 21 ਹੋ ਜਾਂਦਾ ਉਹ ਨਿਰੰਕਾਰ ਦਾ ਰੂਪ ਹੋ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਗੁਰੂ ਬਾਣੀ ਨੂੰ ਗੁਰੂ ਰਾਮਦਾਸ ਜੀ ਨੇ ਤਾਕੀਦ ਕਰਕੇ ਕਹਿ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਦੋ ਵਾਰੀ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਗੁਰਬਾਣੀ ਪ੍ਰਤੱਖ ਇਲਾਹੀ ਨਿਰੰਕਾਰ ਜੋਤ ਦੇ ਦਰਸ਼ਨ ਕਰਵਾਉਣ ਦੇ ਸਮਰੱਥ ਹੈ, ਪਰ ਇਹ ਗੁਰੂ ਸ਼ਬਦ ਨੂੰ ਗੁਰੂ ਤੱਕ ਪਹੁੰਚਣ ਵਾਲਾ ਮਾਰਗ ਜਿਹੜਾ ਸੀ ਉਹ ਮਾਰਗ ਬੜਾ ਚੁਣੌਤੀਆਂ ਭਰਪੂਰ ਸੀ, ਕਿਉਂਕਿ
ਬਾਬਾ ਸੰਵਾਦ ਰਚਾਉਂਦਾ ਹੈ, ਬਾਬਾ ਬੋਲਦਾ ਹੈ, ਬਾਬਾ ਚੁੱਪ ਨਹੀਂ ਬੈਠਦਾ। ਉਹ ਸਿੱਧਾਂ ਨਾਲ ਵੀ ਸੰਵਾਦ ਰਚਾਉਂਦਾ ਹੈ, ਉਹ ਪਹਿਲੇ ਨੰਬਰ 'ਤੇ ਪੰਡਿਤ ਨਾਲ ਵੀ ਸੰਵਾਦ ਰਚਾਉਂਦਾ ਹੈ, ਕਿਉਂਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪੰਡਿਤ ਗੁਰੂ ਹੈ। ਜਨੇਊ ਪਾ ਕੇ ਸਿੱਖਾਂ ਕੰਨ ਚੜ੍ਹਾਈਆ, ਗੁਰ ਬ੍ਰਾਹਮਣ ਥੀਆ, ਤੇਰਾ ਗੁਰੂ ਬ੍ਰਾਹਮਣ ਹੈ? ਕਹਿੰਦੇ ਮੇਰਾ ਗੁਰੂ ਬ੍ਰਾਹਮਣ ਨਹੀਂ, ਮੇਰਾ ਗੁਰੂ ਸ਼ਬਦ ਹੈ। ਉਹ ਚੁਣੌਤੀ ਭਰਿਆ ਸਫ਼ਰ ਵੀ ਚੁਣੌਤੀ ਭਰਿਆ ਹੈ। ਉਹ ਚੁਣੌਤੀ ਭਰੇ ਸਫ਼ਰ ਦੇ ਵਿੱਚ ਬਟਾਲੇ ਦੀ ਕੰਧ ਤੋਂ ਉਹ ਸਫ਼ਰ ਸ਼ੁਰੂ ਹੁੰਦਾ, ਸਰਹੰਦ ਦੀ ਕੰਧ 'ਤੇ ਜਾ ਕੇ ਖਤਮ ਹੁੰਦਾ। ਉਸ ਸਫ਼ਰ ਦੇ ਵਿੱਚ ਚਾਰ ਗੁਰੂ ਸਾਹਿਬਾਨ, ਜਦੋਂ 1604 ਵਿੱਚ ਗੁਰੂ ਅਰਜਨ ਦੇਵ ਜੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੰਦੇ ਹਨ ਭਾਈ ਗੁਰਦਾਸ ਜੀ ਕੋਲੋਂ ਆਪ ਲਿਖਾ ਕੇ, ਇੱਕੋ ਇੱਕ ਦੁਨੀਆ ਦਾ ਵਿਲੱਖਣ ਗੁਰੂ, ਇੱਕੋ ਇੱਕ ਦੁਨੀਆ ਦਾ ਵਿਲੱਖਣ ਸਿਧਾਂਤ, ਜਿਹੜਾ ਗ੍ਰੰਥ, ਜਿਹੜਾ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੀ ਜੋਤ ਨੂੰ ਆਪ ਉਚਾਰਨ ਕੀਤਾ ਅਤੇ ਆਪ ਬੈਠ ਕੇ ਲਿਖਵਾਇਆ। 1604 ਵਿੱਚ 35 ਤਰ੍ਹਾਂ ਦੇ ਅੰਮ੍ਰਿਤ ਉਹਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ। 5 ਗੁਰੂ ਸਾਹਿਬਾਨ, 15 ਭਗਤ, 11 ਭੱਟ, 4 ਗੁਰਸਿੱਖ, 7 ਬਲਵੰਡੇ ਦੀ ਰਾਮਕਲੀ ਦੀਵਾਰ, ਸੁੰਦਰ ਜੀ, ਭਾਈ ਸੁੰਦਰ ਜੀ ਦੀ ਰਾਮਕਲੀ ਸੱਦ ਅਤੇ ਭਾਈ ਮਰਦਾਨਾ ਜੀ ਦਾ ਇੱਕ ਸ਼ਬਦ, 35 ਅੰਮ੍ਰਿਤ। 35 ਅੰਮ੍ਰਿਤ ਤੋਂ ਬਾਅਦ ਉਸਨੂੰ 36 ਅੰਮ੍ਰਿਤ ਕਰਨਾ ਸੀ। ਉਹ 36 ਅੰਮ੍ਰਿਤ, ਕਿਉਂਕਿ ਜਹ ਪ੍ਰਸਾਦ 36 ਅੰਮ੍ਰਿਤ ਖਾਏ। ਅੰਮ੍ਰਿਤ 36 ਤਰ੍ਹਾਂ ਦੇ ਹੁੰਦੇ ਆ। 35 ਅੰਮ੍ਰਿਤ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਗਈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਉਹ ਗੁਰੂ ਹਰਿਮੰਦਰ ਸਾਹਿਬ ਜੀ ਵਿੱਚ ਸਥਾਪਿਤ ਹੋ ਗਏ ਆਦਿ ਗੁਰੂ। ਪਰ ਉਸ ਤੋਂ ਬਾਅਦ ਦਾ ਸਫ਼ਰ ਬਹੁਤ ਜ਼ਿਆਦਾ ਚੁਣੌਤੀ ਭਰਿਆ ਸੀ। ਇਸ ਸਫ਼ਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਹੁੰਦੀ ਹੈ। ਉਹਦੇ ਵਿੱਚ ਜਿਹੜੇ ਮਰਜ਼ੀ ਹੋਰ ਕਾਰਨ ਰਹੇ ਹੋਣ, ਮੈਂ ਮਹਿਸੂਸ ਇਹ ਕਰਦਾ ਹਾਂ ਕਿ ਸ਼ਬਦ ਗੁਰੂ ਨੂੰ ਸੰਪਾਦਨ ਕਰਕੇ ਇੱਕ ਧਰਮ ਸਥਾਨ ਅਤੇ ਦੂਸਰਾ ਇੱਕ ਕੇਂਦਰੀ ਗ੍ਰੰਥ, ਇੱਕ ਕੇਂਦਰੀ ਸਥਾਨ, ਉਹਦੀ ਸਥਾਪਨਾ ਕਰਕੇ ਇਹ ਜਿਹੜਾ ਪ੍ਰਚਾਰ ਕੀਤਾ ਗਿਆ ਉਹਨਾਂ ਦੇ ਵਿਰੋਧ, ਉਹਦਾ ਉਹ ਵੀ ਇੱਕ ਕਾਰਨ ਬਣਿਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ। ਉਸ ਗੁਰੂ ਮਾਨਿਓ ਗ੍ਰੰਥ ਤੱਕ ਪਹੁੰਚਣ ਵਾਸਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ। ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਅਤੇ ਉਸ ਉਪਰੰਤ ਮਾਛੀਵਾੜ ਦੇ ਜੰਗਲਾਂ ਵਿੱਚੋਂ ਲੰਘਦੇ ਹੋਏ ਦਮਦਮਾ ਸਾਹਿਬ ਪਹੁੰਚਦੇ ਹਨ, ਜਿੱਥੇ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਆਪਣੀ ਰਸਨਾ ਤੋਂ ਉਚਾਰਨ ਕਰਕੇ ਭਾਈ ਮਨੀਦਾਸ ਜੀ ਪਾਸੋਂ ਲਿਖਵਾਉਂਦੇ ਹਨ ਅਤੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਐਡ ਕਰਦੇ ਹਨ। ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਰਕੇ ਉਹ ਸੰਪੂਰਨ 36 ਅੰਮ੍ਰਿਤ ਹੋ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਹੋ ਜਾਂਦਾ ਹੈ। ਅਤੇ ਫਿਰ ਸਭ ਸਿੱਖਾਂ ਨੂੰ ਹੁਕਮ ਕਰ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਬਾਅਦ ਤੁਹਾਡਾ ਗ੍ਰੰਥ ਹੀ ਤੁਹਾਡਾ ਗੁਰੂ ਹੈ। ਤਾਂ ਉਹ ਜਿਹੜਾ ਅਕਾਲ ਪੁਰਖ ਦਾ ਫਰਮਾਨ ਹੈ, ਉਹ ਵੀ ਆਗਿਆ ਪਈ ਅਕਾਲ ਕੀ, ਉਹ ਵੀ ਅਕਾਲ ਦੀ ਆਗਿਆ ਦੇ ਨਾਲ ਹੀ ਕੀਤਾ ਜਾਂਦਾ ਹੈ। ਸੋ ਇਸ ਗੁਰੂ ਸ਼ਬਦ ਦੀ ਜਿਹੜੀ ਸੰਕਲਪ ਹੈ, ਇਲਾਹੀ ਫਰਮਾਨ ਜਿਹੜਾ ਸਾਨੂੰ ਪ੍ਰਾਪਤ ਹੋਇਆ, ਉਹ ਇਲਾਹੀ ਫਰਮਾਨ ਬਹੁਤ ਵੱਡਾ ਪਰਪਕਾਰ ਹੈ। ਸਾਡੇ ਕੋਲ ਜਾਗਦੀ ਜੋਤ ਹੈ, ਹਾਜ਼ਰ ਹਜ਼ੂਰ ਹੈ, ਹਰ ਵੇਲੇ ਸਾਡੇ ਸਾਹਮਣੇ ਹੈ, ਸਾਨੂੰ ਸੰਦੇਸ਼ ਦਿੰਦੇ ਹਨ। ਅੱਜ ਦੀ ਡੇਟ ਵਿੱਚ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਨੂੰ ਸਮਰਪਿਤ ਇਹੋ ਜਿਹੇ ਸੈਮੀਨਾਰ ਕਰ ਰਹੇ ਹਾਂ, ਤਾਂ ਉਹਦੇ ਵਿੱਚ ਸਭ ਤੋਂ ਵੱਡਾ ਸਾਡੇ ਵਾਸਤੇ ਚੁਣੌਤੀ ਗੁਰੂ ਗ੍ਰੰਥ ਸਾਹਿਬ ਜੀ ਨਾਲ, ਸ਼ਬਦ ਗੁਰੂ ਨਾਲ ਜੁੜਨ ਦੀ ਅਤੇ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜਨ ਦੀ ਹੋਣੀ ਚਾਹੀਦੀ ਹੈ। ਬਹੁਤ ਵੱਡਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਇਸ ਸੰਦਰਭ ਦੇ ਵਿੱਚ, ਅਤੇ ਅਸੀਂ ਮਾਣਯੋਗ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ 2 ਸਾਲ ਪਹਿਲਾਂ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜਨ ਦਾ ਜਿਹੜਾ ਉਪਰਾਲਾ ਕੀਤਾ ਹੈ, ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹਨ। ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।